ਸਰਪ੍ਰਾਈਜ਼ ਅੱਜ ਦੇਣਾ ਹੀ ਦੇਣਾ। ਅੱਛਾ ਪੱਕੀ ਗੱਲ ਹੈ? ਜਮਾ ਪੱਕੀ ਗੱਲ ਹੈ। ਤੁਸੀਂ ਐ ਕਰੋ, ਚਲੋ ਅੰਦਰ ਮਾਈ। 365 ਚ ਇਤਰਾ ਕੰਮ ਹੋ ਰਿਹਾ ਤੇਰਾ, ਐਨੇ ਤਾਂ ਤੀਵੀਆਂ ਚ ਨਹੀਂ ਹੈਗੇ ਜਿਹਨੇ ਤੇਰੇ ਚ ਨੇ। ਉਹ ਭੈਣ ਮੇਰੇ ਤਾਂ ਦਰਦ ਹੋਣ ਵਾਲਾ, ਆਪਣੀ ਕਮੀ ਬੂਰ ਜੀਂਦੀ ਸਾਰਾ ਦਿਨ। ਚਾਬੀ ਦੇ ਕੇ ਛੱਡੀ ਹੋਈ ਹੈ ਤੂੰ? ਹਾਂ ਛੱਡੀ ਹੋਈ ਹੈ ਚਾਬੀ ਦੇ ਕੇ। ਤੇਰਾ ਤਾਂ ਬਾਹਰ ਬਈਆ, ਮੇਰਾ ਦੋਸਤ ਦਾ ਪੁੱਛਣ ਦੀ ਆ ਕੇ ਲੱਗ ਰਹੀ ਹੈ। ਹੋਰ ਕੀ ਗੱਲ ਹੋਈ? ਦੇਖਾਂ ਬਾਈ ਓਕੇ ਪਰ ਜਾਹੀ ਨੇ ਕਿਉਂ ਦੱਬੀ ਨੇ ਬਾਈ? ਬਾਲਾ ਦੁਖੀਆਂ ਦਾ ਬੌਸ ਵਾਲੇ ਨੇ ਸਾਰੇ। ਮੈਨੂੰ ਤਾਂ ਐਂ ਲੱਗਦਾ ਬਾਈ ਜਿਵੇਂ ਉਹ ਤੇ ਪਾਈ ਦੇ ਵਿਆਹੀ ਹੋਵੇ। ਮੈਂ ਤੈਨੂੰ ਸੱਚ ਕਹਿਣਾ, ਹੁਣ ਵੀ ਜਾ ਕੇ ਦੇਖ ਲੈ, ਝੂਟਾ ਖੁੱਲ ਰਿਹਾ ਹੋਣਾ। ਓ ਯਾਰ ਕੰਮ ਖੋਲ ਕਰੀ ਜਾਂਦਾ। ਚੰਗਾ ਮਖੌਲਾ, ਜਾ ਕੇ ਦੇਖ ਲੈ ਇੱਕ ਵਾਰੀ ਘਰੇ। ਇਹਨਾਂ ਦਾ ਤਾਂ ਐਂ ਵੀ ਸੁੱਖ ਨਹੀਂ ਹੈਗਾ ਵੀ ਮਾੜਾ ਮੋਟਾ ਕਣਕ 'ਚ ਹੱਥ ਮਾਰ ਦਈਏ, ਦੇਖੀ ਕਿੰਨੀਆਂ ਡਲੀਆਂ ਪਈਆਂ ਨੇ। ਵੀ ਇਹਨਾਂ ਨੂੰ ਚੁਗਦਿਆ ਕਰੋ ਜਦੋਂ ਵਿਹਲੇ ਹੁੰਦੇ ਹੋ, ਬਿਨਾਂ ਕਿਸੇ ਦਾ ਡੱਕਾ ਤੋੜਨਾ ਨਹੀਂ ਹੈਗਾ, ਜਿੰਨਾ ਮਰਜ਼ੀ ਕਹਿ ਲੈ। ਫਿਰ ਕਹਿ ਦਿੰਦੇ ਤੂੰ ਤਾਂ ਸਾਰਾ ਦਿਨ ਬੋਲੀ ਜਾਂਦੀ ਰਹੀ ਹੈ, ਵੀ ਬੋਲਾਂ ਦਾ ਦੱਸ ਹੋਰ ਕੀ ਕਰਾਂ। ਓਨੀ ਤਾਂ ਇਹ ਕਣਕ ਨਹੀਂ ਹੈਗੀ, ਉਦੋਂ ਜ਼ਿਆਦਾ ਇਹਦੇ ਵਿੱਚ ਡਲੀਆਂ ਨੇ। ਨਾ ਤਾਂ ਭੋਲਾ ਕੰਮ ਦੇ ਹੱਥ ਲਾਵੇ, ਉਹੀ ਜ਼ਰੂਰ ਜਾਣਾ ਮੀਣਾ ਹੋ ਰਿਹਾ। ਨਾ ਇਹ ਕੰਮ ਕਰਕੇ ਰਾਜ਼ੀ ਹੈਗਾ, ਸਾਰਾ ਦਿਨ ਪਤਾ ਨਹੀਂ ਕਿੱਧਰ ਫਿਰੀ ਜਾਂਦੇ ਨੇ, ਗੇੜੇ ਦਿੰਦੇ, ਕੋਈ ਭੇਤ ਹੀ ਨਹੀਂ ਹੈਗਾ ਇਹਨਾਂ ਦਾ ਤਾਂ। ਮੈਨੂੰ ਮਾੜਾ ਮੋਟਾ ਖੇਤੀ ਮਾਰ ਲੈਂਦੇ, ਲਿਆ ਕੇ ਖੇਤੀ ਕਰੇ, ਪਤਾ ਨਹੀਂ ਲੈਣੀ ਡਲੀਆਂ ਦੀ ਕਣਕ ਕਿੱਥੋਂ ਚੱਕ ਕੇ ਲਿਆਏ ਨੇ। ਰੰਗ ਤਾਂ ਜਿਹੜਾ ਕਾਲਾ ਹੋਣਾ ਜੇ ਤਾਂ ਹੋ ਗਿਆ, ਦੇਖੀ ਇੰਨੀਆਂ ਡਲੀਆਂ ਨੇ। ਆਏ ਨੀ ਹੈਗਾ ਵੀ ਖੇਤ ਸਮਾਰ ਲਈਏ, ਮਾੜਾ ਮੋਟਾ ਲਿਆ ਕੇ ਉਹਨੇ ਛੱਡਤੀ ਕਰੇ। ਉਹ ਪਾਲੀ ਕਿਹੜਾ ਮੰਨਦਾ, 20 ਵਾਰੀ ਮੈਂ ਉਹਨੂੰ ਕਹਿਤਾ ਮੈਂ ਇੱਥੇ ਸਮਾਰ ਦੋ, ਤੁਸੀਂ ਇਹਨੂੰ ਸੜਕ ਤੇ ਜਦੋਂ ਮਾਰ ਆਪਦੇ ਆਪ ਘੁਰ ਜਾਣੀਆਂ ਡਲੀਆਂ। ਕੋਈ ਨੀ ਮੰਨਦਾ, ਆ ਮੀਣੇ ਜਿਹਦੇ ਵੀ ਫੰਗ ਲੱਗ ਰਹੇ ਨੇ। ਨਾ ਤਾਂ ਭੋਲਾ ਡੱਕਾ ਤੋੜ ਕੇ ਰਾਜੀ, ਨਾ ਮੀਣਾ ਕੰਮ ਕਰੇ। ਕਿੱਧਰ ਜਾ ਰਹੇ ਨੇ ਹੁਣ ਉਹ ਦੋਏ? ਕੀ ਪਤਾ ਕਿੱਧਰ ਨਿਕਲੇ ਨੇ, ਪਤਾ ਨਹੀਂ ਤਾਂ ਖੇਤ ਕਣੀ ਗਏ ਨੇ, ਪਤਾ ਨਹੀਂ ਇੱਧਰ ਹੋਣੇ ਬਾਰੇ ਕਿਤੇ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਿਹਾ ਸੀ ਮਹਾ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ। ਹਾਂ ਤੇ ਮੈਂ ਹੁਣ ਤੁਹਾਨੂੰ ਸਰਪ੍ਰਾਈਜ਼ ਅੱਜ ਦੇਣਾ ਹੀ ਦੇਣਾ। ਅੱਛਾ ਪੱਕੀ ਗੱਲ ਹੈ? ਜਮਾ ਪੱਕੀ ਗੱਲ ਹੈ। ਤੁਸੀਂ ਐ ਕਰੋ, ਚਲੋ ਅੰਦਰ ਮਾਈ, ਖੇਤੀ ਲਿਆ ਪਰ ਜਾਈ ਫਿਰ ਮਿਸਟਰ ਸਾਵਰ। ਹਾਂ ਚਲੋ ਚਲੋ ਮਾਈ, ਚਲਾਂ ਹੀ ਕਰਦੀ ਫੇਰ ਹੱਥ ਮਾਰੂ ਇਹ ਤਾਂ। ਆ ਲੋ ਤੁਹਾਡਾ ਸਰਪ੍ਰਾਈਜ਼। ਲੈ ਭਜਾਈ ਤਾਂ ਰੰਗ ਲਾ ਦਿੰਦਾ ਹੈ। ਹਾਏ ਦੱਸ ਮੈਂ ਆਇਆ ਪਿਆ ਜਮੀ ਦੱਸ ਮੈਂ ਆਇਆ ਹੋਰ ਕੀ ਆਪੀ ਸੰਤਾ ਗਏ ਤੈਨੂੰ ਫਿਰ ਮੇਰੇ ਨਾਮ ਦਾ ਮੈਨੂੰ ਪਤਾ ਲੱਗ ਗਿਆ ਭਜਾਈ। ਤੁਸੀਂ ਕਹੇ ਇਹ ਗੱਲਾਂ ਕਰਦੇ ਹੁਣ ਮੈਨੂੰ ਤੁਹਾਡੇ ਨਾਮ ਪਤਾ ਨਹੀਂ ਪਤਾ ਹੋਊਗਾ, ਕਿੰਨੇ ਸਾਲ ਹੋ ਗਏ ਮੈਨੂੰ ਰਹਿੰਦੀ ਨੂੰ ਇਸ ਘਰੇ। ਨਾ ਚਲੋ ਤਾਂ ਠੀਕ ਹੈ, ਤੁਸੀਂ ਮੈਨੂੰ ਐਂ ਦੱਸੋ ਤੁਹਾਡੇ ਪਸੰਦ ਹੈ ਹੁਣੇ? ਹਾਂ ਪੂਰਾ ਪਸੰਦ ਹੈ ਤਾਂ ਜਮਾਂ ਸਿਰਾ ਕਰਾ ਤਾ ਰਹੇ ਹੈ। ਰੰਗ ਸੋਹਣਾ ਹੈ ਨਾ ਤੁਹਾਡਾ ਤਾਂ, ਰੰਗ ਵੀ ਗੋਰਾ ਵੀ ਬਣ ਬਣ ਉੱਠੂਗਾ। ਦੇਖੀ ਦਾ ਤੂੰ ਮਹਾਂ ਤੱਕ ਟੈਨਸ਼ਨ ਪਾ ਦਾਂਗਾ। ਹਾਂ ਚਲ ਮੇਰੀ ਗੱਲ ਸੁਣੋ, ਜੇ ਨਾ ਕਿਹਨੂੰ ਬਦਲ ਕੇ ਆਓ। ਅੱਛਾ ਬਦਲ ਆਓ, ਚਲ ਮੈਂ ਬਦਲ ਕੇ ਆਉਂਦਾ ਫਿਰ। ਬਾਈ ਤਾਂ ਇੰਨੇ ਜੀ ਖੁਸ਼ ਹੋ ਗਿਆ, ਤਾਂ ਹੀ ਤਾਂ ਕਹਿੰਦਾ ਕਿ ਭੋਲਾ ਵੀ ਬਾਈ ਦਾ ਧਿਆਨ ਰੱਖਿਆ ਕਰ, ਸੇਵਾ ਕਰਿਆ ਕਰ। ਆਈ ਜੀ ਵੀ ਨਾ ਆਪਾਂ ਥੋੜ੍ਹੀ ਕਿਸੇ ਪਾਸੇ ਜਾਣ ਦਿੰਦੇ ਹਾਂ, ਤੂੰ ਦੇਖਦੀ ਜਾ, ਹਲੇ ਕੀ ਆ, ਹਲੇ ਤਾਂ ਸ਼ੁਰੂਆਤ ਹੋਈ ਹੈ। ਉਹਨੂੰ ਕਹਿੰਦੇ ਹੁੰਦੇ ਸਿਆਣੇ ਸਿਰ 'ਚ ਪੂਣੀ ਕੱਤੀ ਹੈ, ਬਾਕੀ ਤਾਂ ਹਲੇ ਬਾਅਦ 'ਚ ਹੀ ਦੇਖਾਂਗੇ। ਮੈਂ ਕਿਹਾ ਕਿੱਧਰ ਲਾਂਗੀ ਭਰਜਾਈ, ਲਿਆ ਭਰਜਾਈ ਜਾਂਦੀ ਕੁੱਟ ਕਰਾ। ਚਾਹ ਤਾਂ ਮੈਂ ਬਣਾ ਲਿਆਉਂਦੀ ਹਾਂ, ਕਿੰਨਾ ਸੋਹਣਾ ਲੱਗਦਾ ਕੁੜਤਾ ਚਾਦਰਾ, ਕੁੜਤਾ ਤਾਂ ਜਿਵੇਂ ਰੰਗ ਦੇ ਨਾਲ ਹੀ ਮਿਲ ਗਿਆ। ਭਰਜਾਈ ਮੈਂ ਕੀ ਮਾੜਾ ਹੈ, ਅੱਟਾ ਕੱਟਾ ਪਿਆ ਮੈਂ ਵੀ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਮਹਾ ਤੇਰੇ ਰੰਗ ਦੇ ਨਾਲ ਹੀ ਮਿਲ ਗਿਆ, ਨਾਲੇ ਬਾਕੀ ਰੰਗ ਰੂਪ ਨਾਲੇ ਕੱਪੜਾ ਲੀੜਾ ਜੱਚਦਾ ਹੁੰਦਾ। ਨਹੀਂ ਆ ਭਰਜਾਈ, ਫਿਰ ਪਸੰਦ ਵੀ ਤੇਰੀ ਹੈ, ਤੂੰ ਕੀ ਮਾੜੇ ਲਿਆ ਕੇ ਦੇਂਗੀ। ਨਾ ਨਾ ਪਸੰਦ ਤਾਂ ਮੇਰੀ ਹੈਗੀ ਹੈ, ਫਿਰ ਵੀ ਕੱਪੜਾ ਲੀੜਾ ਸਰੀਰ ਦੇਖੋ ਜਮਾ ਫਿੱਟ ਦਾ ਫਿੱਟ ਆਇਆ ਸੋਡੇ ਤਾਂ ਜਮਾ। ਨਹੀਂ ਆ ਦੇ, ਮੈਂ ਤਾਂ ਫਿਰ ਤੈਨੂੰ ਪਤਾ ਹੈ ਨਾਲੇ ਹੁਣ ਤਾਂ ਐਕਸਰਸਾਈਜ਼ ਕਰਦਾ ਹਾਂ, ਨਾਲੇ ਭੱਜ ਕੇ ਆਇਆ ਕਰਦਾ। ਹਾਂ ਉਹ ਤਾਂ ਹੈਗੀ ਸਰੀਰ, ਮੈਂ ਤਾਂ ਜਮਾ ਫਿੱਟ ਰਹਿ ਨਾ ਦੇਖ। ਸਮਾਰ ਤਾਂ ਸਰੀਰ ਜੀ ਤੁਸੀਂ ਬਹੁਤ ਕਰਦੇ ਹੋ। ਹੋਰ ਸਮਾਰ ਨਾਲੇ ਆ ਸਾਰਾ ਕੁਝ, ਉਹੀ ਤਾਂ ਹੈਗਾ। ਮੇਰੀ ਗੱਲ ਸੁਣੋ, ਮੈਂ ਲਿਆਉਣੀ ਚਾਹ ਪੀ ਹੈ ਬੜਾ ਜੀ। ਲਿਆ ਫਿਰ ਕੰਡੀ ਆ ਜੀ, ਕਿਹੜਾ ਵਧੀਆ ਜੀ ਲਿਆ ਲਿਆਉਣੀ ਹੁਣ ਜੀ। ਫਿਰ ਖੇਤ ਚੱਲ ਕੇ ਆਵਾਂਗੇ ਆਪਾਂ ਉਧਰ ਟੇਕੇ ਵਾਲੇ ਜਾ, ਦੇਖਾਂਗੇ ਸਬਜ਼ੀ ਸੁਬਜ਼ੀ ਲਾਈ ਹੋਈ ਆ ਹੋਈ ਆ ਕਿੰਨਾ ਵਧੀਆ। ਚਲੋ ਠੀਕ ਹੈ, ਵਧੀਆ ਤਾਂ ਵਧੀਆ ਹੀ ਕਿਹਾ ਜਾਊਗਾ।
ਹੋਰ ਲੱਭੋ ਲਾਉਣੀ ਗਈ ਜਾਂਦਾ ਮਿੱਤਰੀ ਭਰਜਾਈ ਮੈਨੂੰ ਗਾਲਾਂ ਦਿੰਦੀ ਆ ਉਹ ਐਂ ਕਹਿੰਦੀ ਆ ਉਹ ਐਂ ਕਹਿੰਦੀ ਆ ਕੰਮ ਨਹੀਂ ਕਰਦੀ ਲੈ ਹੁਣ ਕੰਮ ਸਾਰੇ ਤੂੰ ਹੀ ਕਰਦੀ ਹੋਰ ਕੌਣ ਕਰਦਾ ਭਲਾ ਹੈ ਉਹਦਾ ਸਾਨੂੰ ਪਤਾ ਤਾਂ ਹੈਗਾ ਬੋਲ ਪੜਾਸ ਹੈ ਮੇਰੇ ਤੋਂ ਹੀ ਮੱਚਦਾ ਰਹਿੰਦਾ ਉਹ ਬਿਨਾਂ ਵੱਲ ਤੋਂ ਚਲ ਆਪਾਂ ਇਹ ਕਰਦੇ ਹੁਣ ਤੇ ਚੱਲ ਲੱਗੇ ਹੁਣ ਠੇਕੇ ਵਾਲੇ ਜਰ ਉੱਥੇ ਸਬਜ਼ੀ ਭਾਜੀ ਲਾਈ ਜੀ ਦੇਖਾਂ ਲੁਣੀ ਆ ਕਨਾ ਸਬਜ਼ੀ ਭਾਜੀ ਲਾਈ ਤਾਂ ਹੈਗੀ ਦੀ ਰਮਾਰ ਨੂੰ ਰੱਖੀ ਆ ਉਹ ਦੇਖਦਾ ਵੀ ਤਾਂ ਹੀ ਕਹਿੰਦਾ ਵੀ ਚੱਲਿਆ ਉਹਨੇ ਉਹ ਇਹਨਾਂ ਦੀ ਲਾਈ ਹੋਈ ਸੀ ਦੋਵਾਂ ਦੀ ਜੋੜੀ ਆਪਾਂ ਵੀ ਆਈ ਜੀ ਕਿਹੜਾ ਦੇਖੋ ਨਾ ਸਬਜ਼ੀ ਭਾਜੀ ਜੋੜ ਦੇ ਆਵਾਂਗੇ ਹੋਈ ਜੀ ਫਿਰ ਤਾਂ ਲੱਗੇ ਉੱਥੇ ਚੌਲੇ ਫੜੀਆਂ ਜੀ ਉਹਨਾਂ ਦੀ ਲਾਈ ਹੋਈ ਆ ਗੌਰ ਤਾਂ ਉਹ ਆਪ ਕਰਦੇ ਨਹੀਂ ਹੈਗੇ ਫਿਰ ਜੀ ਫਿਰ ਆਪਾਂ ਚਲੋ ਫਿਰ ਚਲੋ ਅੱਲਾ ਦੇ ਫਿਰ ਵੀ ਹੋ ਜੀ ਚਲ ਠੀਕ ਹੈ ਜੀ ਆ ਜਾ ਕੇ ਰਹਿਮਤ ਨਾਲ ਵੱਡਾ ਚਾਚਾ ਛੋਟੀ ਚਾਚੀ ਨੂੰ ਕਿਵੇਂ ਲਈ ਫਿਰਦਾ ਗਾ ਇਹਨਾਂ ਦਾ ਤਾਂ ਇੰਨਾ ਵੈਰ ਹੈਗਾ ਚੱਲ ਛੋਟੇ ਚਾਚੇ ਨੂੰ ਦੱਸਦਾ ਘਰੇ ਜਾ ਕੇ खेत तक सब्जी है ही नहीं ਟੜਾਈ ਤਾਂ ਜਾਂਦਾ ਕਦੇ ਬਾਂਗਰੋ ਲੈ ਗਈ ਕਦੇ ਕੋਈ ਲੈ ਗਈ ਕਦੇ ਕੋਈ ਲੈ ਗਈ ਸਬਜ਼ੀਆਂ ਤਾਂ ਹੋਰ ਤੀਮੀਆਂ ਨੇ ਘਰ ਬਾਰੀ ਪੈ ਜਾਂਦੇ ਨੇ ਪਿੱਛੂ ਰੁੜ ਜਾਣੇ ਨੂੰ ਆਉਣ ਦੇ ਅੱਜ ਪਿੱਛੂ ਸਮਾਰ ਕੇ ਵੀ ਸਬਜ਼ੀ ਦੱਸ ਖੇਤੋਂ ਕਿੱਧਰ ਜਾਂਦੀ ਹੈ ਘਰ ਤਾਂ ਤੂੰ ਲਿਆਉਂਦਾ ਨਹੀਂ ਹੈਗਾ ਦੇਖ ਲੈ ਕਿੰਨੇ ਕੱਦੂ ਲੱਗੇ ਪਏ ਨੇ ਵੀ ਰਿਆੜੀ ਦੇ ਜਾਣਿਆ ਤੋੜ ਲਿਆ ਕਰ ਲੈ 5 ਕਿਲੋ ਦਾ ਕੱਦੂ ਇਹ ਭੋਰਾ ਨੂੰ ਤੋੜ ਕੇ ਨਹੀਂ ਜਾਂਦਾ ਪਤਾ ਨਹੀਂ ਕਿੱਧਰ ਫਿਰਦਾ ਰਹਿੰਦਾ ਲਾਇਆ ਭਰਜਾਈ ਆ ਤੋੜਦਾ ਦੇ ਕਾਹ ਲੱਗ ਰਿਹਾ ਦੇਖ ਥੋੜਾ ਕੱਚਾ ਜਿਹਾ ਤੋੜ ਦੀ ਹੋਰ ਆ ਛੋਟਾ ਨਾ ਤੋੜ ਲੈ ਛੋਟਾ ਤੋੜ ਲੈ ਲੈ ਹੋਰ ਕੱਦੂ ਬਲਾਈ ਵੱਡੇ ਵੱਡੇ ਨੇਗੇ ਉਹ ਜਮੀ ਗੌਰ ਹੀ ਨਹੀਂ ਕਰਦੇ ਹੈਗੇ ਐ ਨਹੀਂ ਹੈਗੇ ਵੀ ਤੇਰੇ ਤੋੜ ਲਈਏ ਸਾਰੀ ਪਕਾਰ ਕੇ ਗੌਰ ਤਾਂ ਤਾਂ ਕਰਨਗੇ ਜੇ ਘਰੇ ਸੁੱਤੀ ਹੋਊ ਮਾੜੀ ਮੋਟੀ ਤੂੰ ਕੱਸ ਦੀ ਨਹੀਂ ਹੈਗੀ ਚੂੜੀਆਂ ਉਹਨਾਂ ਦੀਆਂ ਟੱਲੀਆਂ ਰੱਖਦੀਆਂ ਮਾੜਾ ਜਿਹਾ ਕੱਸ ਕੇ ਰੱਖਿਆ ਕਰ ਗੇੜਾ ਦੇ ਕੇ ਰੱਖਿਆ ਮੈਂ ਤਾਂ ਕੱਸੀ ਜਾਵਾਂ ਮੈਂ ਤਾਂ ਚੂੜੀਆਂ ਕੱਸ ਦੀ ਉਹ ਹਾਰ ਕੀ ਉਹਦੀਆਂ ਆਇਆ ਆ ਇੱਧਰ ਦੇਖਦਾ ਆ ਮੈਂ ਕਿੰਨਾ ਕੱਦੂ ਖਾਨਾ ਖੜਿਆ ਵੀ ਤੁਸੀਂ ਲੈ ਜਾਓ ਤੋੜ ਕੇ ਆਂਡੀ ਕੋ ਮਾਂਡੀ ਦੇ ਭੈਣ ਭਾਈ ਦੇ ਕਿਸੇ ਦੇ ਹੋਰ ਦਿੱਤਾ ਜਾਂਦਾ ਲੱਗਦੀ ਕੀ ਹੈ ਹੈਗੀ ਉਹ ਤੀਮੀ ਹੈ ਕਿਤੇ ਹੀ ਦੇਖਦੀ ਕੀ ਹੈ ਭੱਜ ਲਾ ਕੀ ਮੰਗਦੀਆਂ ਚੱਲ ਚੱਲ ਭੱਜ ਲੈ ਭੱਜ ਲੈ ਰੇ ਬੋਲੇ ਕੌਣ ਹੈ ਉਹ ਤੇਰੀ ਭੈਣ ਤੂੰ ਕੀ ਰੱਬ ਮੰਗਦੀ ਹੈ ਰੇ ਬੋਲੇ ਮੈਂ ਤਾਂ ਤੇਰੇ ਲਈ ਕੰਮ ਕੀਤੀ ਹੈ ਕੀ ਕੰਮ ਆਈ ਤੂੰ ਤੈਨੂੰ ਬਤਾ ਪਹਿਲਾਂ ਤੂੰ ਉਹ ਕੌਣ ਧੀ ਬੋ ਜੋ ਮੈਨੂੰ ਮਾਰਨ ਲੱਗ ਰਹੀ ਸੀ ਇਤਨੀ ਛੇਤੀ ਭਾਈ ਬਾਨ ਭਰਦੀ ਗਈ ਮੈਂ ਪੱਕਾ ਰਹੀ ਸੀ ਮੇਰੇ ਉਹ ਪੱਕੀ ਹੋ ਘਰ ਵਾਲੀ ਫਿਰ ਨੂੰ ਥੋੜੀ ਮਾਰਿਆ ਕਰਦਾ ਤਾਂ ਤਾਂ ਸਾਰਾ ਕੰਮ ਇਕੱਠਾ ਹੋ ਗਿਆ ਉਹ ਤੂੰ ਬਾਜ ਜਾ ਕਿਉਂ ਮੇਰਾ ਤਲਾਕ ਲੈ ਗਈ ਨੂੰ ਭਾਈ ਨਿਊ ਨਹੀਂ ਜਾਣਾ ਦੇ ਲੱਭ ਦੇ ਆ ਬੈਠੇ ਹੈ ਨਾ ਤੂੰ ਕੀ ਕਰਦੀ ਆ ਬੇ ਨਹੀਂ ਮਾਗੋ ਨਾ ਭਾਈ ਮੈਂ ਤਾਂ ਨਿਊ ਆ ਗਈ ਸੀ ਨਾ ਨਿਊ ਹੈ ਕਿਵੇਂ ਆ ਗਈ ਸੀ ਪਹਿਲਾਂ ਤਾਂ ਤੂੰ ਮੱਖੀ ਦਾ ਨਹੀਂ ਪੈਂਦਾ ਛੱਡਿਆ ਜੇ ਮੱਖੀ ਪੜਦੇ ਨੂੰ ਸਾਰੇ ਤਾਂ ਉਹਨੇ ਕੋਠੇ ਚ ਆਉਣ ਲੱਗੀ
ਨਾ ਭਾਈ ਨਿਊ ਨਗਰ ਮੇ ਤਾਂ ਬੋਲੇ ਕੇ ਖਾਤਰ ਆਈ ਦੀ ਬੋਲੇ ਕੇ ਖਾਤਰ ਆਈ ਸਾਡਾ ਤਾਂ ਘਰ ਜਾੜਦਾ ਤਾਂ ਸਾਰੇ ਹੀ ਤੂੰ ਦੱਸ ਓਏ ਕਾਦੇ ਵਾਸਤੇ ਆਈ ਏ ਉਰੇ ਤੀਜੇ ਦਿਨ ਆ ਜਾਂਦੀ ਏ ਜਾ ਕਿਉਂ ਓਏ ਤਾਂ ਭਾਈ ਜੀਰੀ ਵਾਸਤੇ ਆਈ ਸੀ ਜੀਰੀ ਦਾ ਨਾਮ ਹੀ ਚਾ ਦੇ ਏਟੀ ਨਾ ਹੋਰ ਜੀਰੀ ਲਾਉਣਾ ਏ ਮਰ ਕੇ ਵੀ ਐਸੇ ਤੋਂ ਜੀਰੀ ਲਵਾਉਣੀ ਆ ਤੇ ਆ ਤੇਰੀ ਮੈਂ ਕਹਿੰਦਾ ਮੈਗੀ ਨੂੰ ਆ ਤੇ ਮੈਂ ਆ ਗਈ ਟਿਕ ਜਾ ਜਾਣ ਕੇ ਮੈਂ ਤੇਰੀ ਬੋਲਦਾ ਨਾ ਭਾਈ ਬੋਲਦਾ ਸੀ ਕਹਿ ਲੱਗ ਰਿਹਾ ਮੈਂ ਤਾਂ ਜੀਰੀ ਨੂੰ ਆਈ ਸੀ ਉਹ ਜੀਰੀ ਨੂੰ ਆ ਤੂੰ ਤਾਂ ਲਾਈ ਵੀ ਪੇਟੇ ਸੱਤੇ ਭਾਈ ਮੇਰੇ ਪਾਸ ਤਾਂ ਬਹੁਤ ਲੇਬਰ ਆ ਵੀ ਜਿੰਦਰ ਮਰਜ਼ੀ ਕੰਮ ਕਰਾ ਦੇ ਉਹ ਤਾਂ ਲੇਬਰ ਦਾ ਕੰਮ ਕਰੀ ਜਾ ਰਿਹਾ ਮੈਂ ਤਾਂ ਕੰਮ ਨਾ ਕਰਦੇ ਮੈਂ ਤਾਂ ਜਾ ਰਿਹਾ ਉਹ ਦੇ ਮੈਂ ਜਿੰਦਰ ਮਰਜ਼ੀ ਸਮਾਂ ਕਰ मैं चुप नहीं कितों आ गई बांगरू जी घरे बंद की कुछ बनूगा एक चावर चार बाकी फिर टहल आपे पंगा ले लगे ਲੈ ਕਰ ਪਰਜਾਈ ਤੂੰ ਚੱਲ ਫਿਰ ਘਰੇ ਮੈਂ ਮੇਰੇ ਆੜੀ ਨੂੰ ਮਿਲਿਆ ਮੈਂ ਬਹੁਤ ਦਿਨ ਹੋ ਗਏ ਚੱਲ ਠੀਕ ਹੈ ਚੱਲ ਬਣਾ ਲਾ ਇਹਨੇ ਸਬਜ਼ੀ ਆ ਗਿਆ ਬਸ ਮੈਂ ਵੀ ਹੈ ਠੀਕ ਹੈ ਆ ਰੂਪ ਯਾਰ ਪਹਿਲੇ ਤਾਂ ਬਰੀ ਕਿਤਨੋਂ ਨਹੀਂ ਫਿਰਦਾ ਪਰਜਾਈ ਨੂੰ ਕਿਤੋਂ ਆਇਆ ਲੱਗਦਾ ਆ ਬਣ ਗਿਆ ਕੰਮ ਇਹਦਾ ਚਲਾਉਣ ਨੂੰ ਵੀ ਆਊਗਾ ਹੋਰ ਵੀ ਜੀ ਤੋ ਕੀ ਹਾਲ ਨੇ ਠੀਕ ਹੈ ਵਧੀਆ ਤੂੰ ਸੁਣਾ ਨਿਕਰ ਰਿਹਾ ਫਿਰਦਾ ਅੰਚਾ ਜਮਾਂ ਲੈ ਹੋਰ ਹੁਣ रूप से रूप चढ़ गया गलां करे करदा मजाक करदा मैं कहदे वी रूप भाई तैनूं तां बड़ा सोहणा लगदा वी निखर गया नजारे आ रहे ने बई चल चंगा फिर छड़े की बहुत जिंदगी खराब थी ट्रापे नी चल वधिया खाऊगा इधर जिन्ना रोटी मिलिया करूगी चौधरी जाके ਬਾਂਗ ਰੋਡ ਨੀ ਵੇਲ ਅੱਜ ਨੀ ਉੱਥੇ
ਮਠਾਈ ਬੈਠਾ ਦੀ ਬਣਾਉਣ ਨੂੰ ਆਉਂਦੀ ਮੈਨੂੰ ਨਹੀਂ ਪਤਾ ਨਾ ਤੂੰ ਗੌਰ ਰੱਖਿਆ ਕਰ ਤੈਨੂੰ ਮੈਂ ਕਿਹਾ ਤਾਂ ਹੈਗਾ ਜੀ ਮਾੜੀ ਮੋਟੀ ਉਹਦੇ 'ਚ ਨਿਗਾਹ ਰੱਖਿਆ ਕਰ ਮੈਂ ਕੀ ਗੌਰ ਰੱਖਾਂ ਮੈਨੂੰ ਤਾਂ ਅਗਲੇ ਖੇਤੋਂ ਵੜਨ ਨਹੀਂ ਦਿੰਦਾ ਕਿਉਂ ਅਗਲੇ ਖੇਤੋਂ ਕਿਹੜੇ ਵਿੱਚ ਜਾਣਾਗਾ 10 ਮਿੰਟ ਉਹਦੀ ਆ ਜਾਣਾ ਨਾ ਉੱਥੇ ਤੈਨੂੰ ਬਾਹ ਫੜ ਕੇ ਖੜਦਾ ਹੋ ਵੀ ਤੂੰ ਰਹਿਣਾ ਬਾਂਗ ਨੂੰ ਵਰਕੀ ਨਹੀਂ ਵੜਨ ਦਿੰਦਾ ਮੈਨੂੰ ਫਿਰ ਨਹੀਂ ਬੈਠਾ ਜੀ ਇੱਥੇ ਜਾ ਕੇ ਜ਼ਰੂਰ ਕੱਟ ਕੇ ਆ ਸਕਦੇ ਲਾਈਨ ਨਹੀਂ ਇੱਕ ਤਾਂ ਲਾ ਲੈ ਉਂਪੋ ਰਾਣੀ ਦੱਸਦਾ ਹੈਗਾ ਜੇ ਹੁਣ ਆਪਾਂ ਨੂੰ ਪਤਾ ਲੱਗਿਆ ਕਿ ਬਾਂਗ ਨੂੰ ਕਰਕੇ ਨਹੀਂ ਕਿ ਮੈਨੂੰ ਵੜਨ ਦਿੰਦਾ ਆਪ ਕਰਦਾ ਤੂੰ ਮੈਂ ਕੀ ਦੱਸਾਂ ਲੁੱਚਾ ਇਹ ਉਹਦੇ ਨਾਲੇ ਮਿਲਿਆ ਹੋਇਆ ਵੀ ਖਾਊਗਾ ਮੈਨੂੰ ਲੱਗਦਾ ਖੁੰਦੇ ਮੈਂ ਤਾਂ ਨਹੀਂ ਦੱਸਦਾ ਵੀ ਘਰੇ ਲੜਾਈ ਪਊਗੀ ਇੱਕ ਹੀ ਗੱਲਾਂ ਨੇ ਕਿੱਦੜ ਵਿਗਿਆੜ ਆਉਂਦੀ ਇਹਨਾਂ ਦੀਆਂ ਚੱਲ ਮੇਰੀ ਗੱਲ ਸੁਣੋ ਗਰਮੀ ਹੋ ਰਹੀ ਹੈ ਜ਼ਿਆਦੇ ਧੁੱਪ ਕਿੰਨੀ ਪੈ ਰਹੀ ਹੈ ਚਲ ਅੰਦਰ ਮਾੜਾ ਮੋਟਾ ਆਰਾਮ ਕਰ ਲਓ छोटा चाचा गा बांगरू पिछे धक्के खांदा फिरी जांदा गा ताइयो तां इह मेरी चाची नहीं सियाण दी उहनूं इन्नी अग पै रही है मेरी कोल ही बस रहे इक जै खाने दा टाइम ते गैस सिलेंडर मुक गया ਕੀ ਭਰਾ ਲੂਗਾ ਬੰਦਾ ਇੰਨਾ ਮਹਿੰਗਾ ਕਰਿਆ ਪਿਆ 1025 ਰੁਪਈਆਂ ਦਾ ਮਾੜਾ ਮੋਟਾ ਸਸਤਾ ਹੋਵੇ ਤਾਂ ਬੰਦਾ ਭਰਾ ਵੀ ਲਵੇ ਤੂੰ ਖੜੇ ਬਹਿ ਦੱਸ ਕੌਣ ਭਰਾ ਕੇ ਲਿਆ ਬਈ ਘਰੇ ਕੋਈ ਬੰਦਾ ਵੀ ਨਹੀਂ ਭਰਾਉਣ ਵਾਲਾ ਉਹ ਪਤਾ ਨਹੀਂ ਕਿੱਧਰ ਨਿਕਲਿਆ ਅਮੀਨ ਆਏ ਨਹੀਂ ਘਰੇ ਖੜਦਾ ਹੈਗਾ ਦੱਸ ਬੰਦਾ ਕੀ ਕਰੇ ਚੁੱਲ੍ਹੇ 'ਤੇ ਮੱਥਾ ਮਾਰਨਾ ਪਊਗਾ ਤਾਂ ਪਤਾ ਨਹੀਂ ਕਿੱਧਰ ਨਿਕਲਣ ਕੀ ਤੋਂ ਚੁਕਾਵਾਂ ਬੇ ਮੀਨੇ ਮੀਨੇ ਹਾਂ ਚਾਚੀ ਨਾ ਤੂੰ ਇੱਧਰ ਕੀ ਕਰਦਾ ਫਿਰਦਾ ਕੁਛ ਨਹੀਂ ਚਾਚੀ ਮੈਂ ਤਾਂ ਕੱਖ ਜੇ ਪਾ ਕੇ ਬਾਹਰ ਆਏ ਸੀਗਾ ਤੇਰੇ ਨੀ ਕੱਖ ਲੋਟਾਉਂਦੇ ਚਾਰ ਤਾਂ ਡੰਗਰ ਨੇ ਤਿੰਨੇ ਜਾਣੇ ਖੁਸ਼ੀ ਸਾਡੇ ਤਾਂ ਉਹ ਵੀ ਨਹੀਂ ਸਮਝਦੇ ਹੈਗੇ ਮੈਂ ਤੈਨੂੰ ਮੈਂ ਸਵੇਰੇ ਕਿਹਾ ਸੀ ਮਹਾ ਭਾਈ ਉੱਥੇ ਬਾਹਰੇ ਸੁੱਕੀਆਂ ਬਥੂਲੀਆਂ ਨੇ ਲਿਆ ਕੇ ਅੰਦਰ ਛੱਡਦੇ ਆਪ ਤੋਂ ਨਾ ਛਿੱਟਿਆ ਕਰ ਦਿੰਦਾ ਹੁਣ ਆਏ ਖੜੇ ਰਹੀ ਡੁੰਨ ਵੱਟਾ ਬਣ ਕੇ ਆ ਚਕਾ ਦੇ ਟੋਕਰਾ ਮੈਂ ਕੀ ਚਕਾਵਾਂ ਚਾਚੀ ਉਹ ਦੇਖ ਲਾ ਮੇਰਾ ਛੋਟਾ ਚਾਚਾ ਵੀ ਗੇੜ ਖਾਂਦਾ ਰਹੇਗਾ ਉਹ ਬਾਂਗਰੂ ਨੂੰ ਵੀ ਤਾਂ ਭਰੀਆਂ ਚਕਾਉਂਦੀ ਹੈਗਾ ਉਸੇ ਤੋਂ ਚਕਵਾ ਲਾ ਚਾਚੀ ਉਹ ਆ ਰਿਹਾ ਦੇਖ ਰੋਡਵੇਜ ਦੀ ਬੱਸ ਜਾਂ ਗੇੜੇ ਦਿੰਦਾ ਰਹੇਗਾ ਸਹੀ ਚਕਾ ਦੂਗਾ ਦੇਖ ਲੋ ਚਕਾ ਦੂਗਾ ਲੈ ਚਾਚਾ ਵੀ ਕਮਾਲ ਹੈਗਾ ਚਾਚੀ ਦੇ ਜ਼ੋਰ ਨਹੀਂ ਚੱਲਦਾ ਮੇਰੇ ਤੋਂ ਗੁੱਸਾ ਤਰੀ ਜਾਂਦਾ ਹੈ ਦੇਖ ਲੈ ਬਿਮਾਰੀ ਪੈਣਾ ਕਿਵੇਂ ਲਿਟਿਆ ਪਿਆ ਲੀਵਰ ਖਤਮ ਹੋ ਜੂਗਾ ਕਿਉਂ ਲਿਖ ਕੇ ਦਿੱਤਾ ਸੀ ਧਰਮਰਾਜ ਨੇ ਵੀ ਨਹੀਂ ਖਤਮ ਹੁੰਦਾ ਵੇ ਤੂੰ ਜਾਣਦੇ ਆ ਦਾਰੂ ਨੇ ਨਾ ਇੰਨੇ ਘਰ ਪੱਟਦੇ ਲੋਕਾਂ ਦੇ ਤੂੰ ਆਪਦਾ ਆਪੇ ਪੱਟਣ ਲੱਗਣੀ ਹੈ ਫਿਰਦਿਆਂ ਛੜਿਆਂ ਖੇਤਾਂ 'ਚ ਅੱਛਾ ਆਪਦੇ ਖੇਤ 'ਚ ਗਈ ਸੀ ਕਿਉਂ ਘੁੰਮਣ ਗਈ ਨਾ ਖੇਤ 'ਚ ਗਈ ਸੀ ਜਾਣਦਾ ਮੈਂ
तेरे क्या मिर्चा लग दिया ने, मैं सब्जी तोड़ के नहीं थी, सब्जी देखने गई थी। जानता मैं सब्जी तोड़ दी फंदी उठे शहर चपट्टे कर दी बाहर। अच्छा शहर चपट्टे ना, तू क्यों पाठ खोल रखा थी कर दी बैठा थी बंदर नहीं अंदर आप आई मैं लगी गई जलू आई बारे आप आ जाती हो तू तो जाती नहीं हो। जीरी वास्ते आई थी जीरी वास्ते आई थी चमत्कार हों धरती चू पैदा हो जाती है। तू क्या नहीं थी उन्हें चादरे ना मेनू गुलाब च पा के दिखती डप के आ बढ़ता उरे कपड़े प्रेस कर दी चंगे रोटियां दाल मेन सुखिया दाल मिल दी तू अभी कपड़े प्रेस है अगे ओनू चंगिया सब्जियां चंगिया रोटियां चंगिया कपड़े छड़ा मलंग है उन्हें किनू देने ने जे अपा नहीं कम धंधा करा के अगला लेके किसी गुआढ़िया ने जा बोलूंगा फिर तू की करेगा अके मेरे कपड़े देखी तेरी बीती है चिट्टे पाने वाली किमें लबेट के लिया कपड़े मेरी गल सुन खड़ा हो जा अंदर चल सुखी सांधी पली ना बछा दे सच होर गलां दी गलां आए तो दस भी तेन किने दसिया थी भी मैं खेत गई थी दसन मैं कोई डर मारा मैं तो मीनी ने दसिया जी अच्छा यही है सारे पसार दी जड़ पूरे आवे मीने जा इधर आ तेन मैं समारा चंगी तरह चादरे सामने मुकर लग रहा दारू पी के गलत लग जाना बोलन चाची मैं गलत थोड़ी आख्या बे तू जान दे पुठी पट्टी जी ना पढ़ाया कर पे फट के मसल दू मैं तेन चंगी तरह चंद्रा टिड्डा जा मरी पैना तू मान ही नहीं है चाचा हूं तू आप गल भुल गया दसा मासी नी गल गल दस मैं क्यों चाचा कि करना फिरा नशे रह कर तू बच्ची को मैं बैठी जूगी मेरी गल सुन गल दस की है ਮੈਂ ਰੋਣ ਰਹਿੰਦਾ ਤੁਹਾਡੇ ਨਾ ਰਹਿੰਦਾ ਤੂੰ ਮੈਂ ਰੱਖ ਦੂੰ ਰੱਖ ਦੂੰ।
ਚੋਂ ਨਿਕਲ ਗਈ ਚਾਚੀ। ਹੇ ਭਾਈ ਕਾ ਕਹਿੰਦਾ ਮੂੰਹ ਤੋਂ ਨਿਕਲ ਗਈ। ਐਤਕੀ ਤਾਂ ਮੈਂ ਤੁਹਾਡੇ ਰਹਿ ਗਿਆ, ਅਗਲੀ ਵਾਰ ਤੋਂ ਨੀ ਰਹਿੰਦਾ। ਮੇਰੇ ਸਾਰੇ ਮਹੀਨੇ ਚ ਮਰਵਾਏ ਤਾਂ ਨੀ ਪਤਾ ਭੈਣ ਕੀ ਗੱਲ ਹੈ। ਰੋਟੀ ਕੋਕੇ ਪਕਾਈ ਮਾਰ ਤੂੰ ਵੀ ਗੱਲ ਆ ਲਓ ਆ ਮੇਰੇ ਸਾਰੇ ਮਹੀਨੇ ਕੀ ਗੱਲ ਬਹਾਨਾ ਕੋਈ। ਮੈਂ ਕੀ ਗੱਲ ਹਟ ਗਿਆ ਦੱਸ ਦੋ ਦੇਖ ਲੈ ਕਿਵੇਂ ਕਰਦਾ ਚਰਿੱਤਰ। ਜੇ ਦੇਖਣਾ ਤਾਂ ਐਂ ਕਹੂਗਾ ਵੀ ਇਹ ਤਾਂ ਬਹੁਤ ਭੋਲਾ, ਐਂ ਪਤਾ ਨੀ ਵੀ ਜਿੰਨਾ ਉੱਪਰ ਆਉਣੀ ਧਰਤੀ ਦੇ ਥੱਲੇ ਐ ਤੂੰ। ਕਾਸਰ ਖਾ ਲੈ ਗਏ ਮਸਲ ਦੇ ਮੌਸਲ ਦੇ ਮੌਸਲ ਦੇ ਪਰ ਕਰ ਲੱਤ ਕੱਟ ਚੁਸਲੇ ਕਰ ਮੂੰਹ ਤੋਂ ਨਾਲ ਲੱਗੀ ਮੂੰਹ ਦੇ ਦੇਖਣਾ ਅਭੀ ਤੱਕ ਦਾ ਮੈਂ ਕਿਤੇ ਨਹੀਂ ਤੇਰੀ ਚਾਨ ਨਿਕਲਦੀ ਜਿਸ ਤਰ੍ਹਾਂ ਲੈ ਕੋਈ ਅੱਗੇ ਜਾਣਾ ਕਿਵੇਂ ਹੋਇਆ ਹੈ ਗੱਲ ਬਣਿਆ ਹੋਣੀ ਆ। ਪੀਰ ਵਾਲੀ ਤਾਂ ਕੋਈ ਨਹੀਂ ਕਹਿੰਦਾ ਕਿ ਇੱਕ ਪੇਟ ਲਾ ਸਭ ਜੂਗਾ। ਮੇਰੀ ਸੁਣ ਗੱਲ ਮੇਰਾ ਤਾਂ ਬੀਪੀ ਪੂਰਾ ਵਧਿਆ ਪਿਆ ਤੂੰ ਮੈਨੂੰ ਗੱਲ ਦੱਸ ਦਿੱਤੀ ਹੈ ਸਿੱਧਾ ਹੋ ਕੇ। ਉਹ ਤੂੰ ਬੈਰੀ ਨਾਲ ਬੈਰੀ ਤਾਰ ਕਰਦੇ ਨਵੀਂ ਜਨ ਜੇ ਟੱਪ ਗਈ ਉਹ ਪਿਆ ਕਰਦੀ ਆ ਕੋਹ ਜੂ ਮੈਨੂੰ ਨਹੀਂ ਲੋੜ ਟੱਪ ਗਈ ਟੱਪ ਜੇ ਚਾਹੇ ਜਮਾ ਨਾ ਦੁੱਧ ਦੇਵੇ ਪਰ ਮੈਨੂੰ ਗੱਲ ਦੱਸ ਕੋਈ ਦੱਸ ਤੂੰ ਤੂੰ ਗੱਲ ਦੱਸ ਦੇ ਮੈਨੂੰ ਸਿੱਧਾ ਹੋ ਕੇ। ਬੈਰੀ ਦੇਖ ਲੈ ਜਾ ਕੇ ਮੈਂ ਨਹੀਂ ਦੇਖਦੀ ਮੇਰਾ ਤਾਂ ਗੋਲਾ ਬਣਿਆ ਪਿਆ ਜਿੰਨਾ ਚਿਰ ਤੂੰ ਸੱਚ ਨਹੀਂ ਦੱਸਦਾ ਮੈਨੂੰ ਕੋਈ ਦੱਸ ਤੂੰ ਦੇ ਤੂੰ ਦੱਸ ਦੇ ਕੋਈ ਦੱਸ ਦੱਸ ਦੇ ਹਾਂ ਇਹਨੇ ਵੱਡਾ ਆਉਣ ਵਾਲਾ ਹੋਣਾ ਫਿਰ ਉਹਦਾ ਖੁੰਡੇ ਖਾਏਗਾ ਚੰਗਾ ਰਹੇਗਾ ਉਹਦੇ ਖੁੰਡੇ ਲਵਾਉਂਦੀ ਹਾਂ ਲਵਾਉਂਗੀ ਨਹੀਂ। ਚਲੋ ਘੱਟੇ ਵਾਧੇ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਵਿਆਹ ਕਰਿਆ ਹੋ ਕੇ ਇਹ ਚੱਜ ਕਰਦੇ ਬੁਲਾ ਪਾਣੀ ਇਹਨਾਂ ਦੇ ਸੁਣਦੇ ਪੰਜਾਹ ਵਾਰੀ ਕਿਹਾ ਬਣਾ ਦੋ ਇਹਦਾ
गौर तो करनी चाहिए बंदे गौर करने नसल तो बेगौरी जिनी मर्जी करा ल जिन्ने मर्जी फूडे ला ला ए केड़ा समझदा है चादर खेत फिर गलां बथेरा शेर है बथेरी कुट खा ली दस्या नहीं है रात दस दस चुप कर गया पता नहीं की करतूता ने ओदिया होर की गल कोई गल नी चाचा तेन फेर दस दूंगा फिर दस गल की है चाचा मैं तेन खेत दस दूंगा कले नी मैं उरे की बिल आंदा तेन भी खेत जाके जा दसा जाऊगा तेरी मां नूं होना रोटी ला दे होना तेरी कमाई तो मैं देख ली तू के हाल बहुना जाके पैर ना मंजे के मौजा नाल रोटी पा लिया की गल रोटी पा लिया पकाई नहीं हले इनी वेली नहीं हैगी मैं डका तोड़ना नहीं सारा दिन खान ताई ध्यान एक मूंद ताई ध्यान घट झुलस लिया कर गर्मी करके कमाला करता जमी चरित्र तीन सौ पैंट चरित्र काम हो रहा तेरा इन्हे तो तीनिया च नहीं है जिन्हें तेरे चने पैंट मेरे तो दर्द होना अपनी सारा दिन चाबी हाँ छी हुई चाबी देके बांगरो वाले पूरे हले ड्रापे देखता ना गल्ला मारता मैं तो हैरान हां पता नहीं कितों औड़दियां ने इनू इन्नी गल्ला गर्मी बहुत रही अज रूप आया है गेड़ा मां खड़ा होता बंदा हूं तो करी रहने लग गया अभी हुंदा नहीं जांदा ओ बल्ले ए हड पंड सवाल लैण नूं रहंदे सारा दिन मन की करावा आ गया भाई आ गया बैठ जा दम लै ला बल्ले और जी ता ठीक है बढ़िया किधर नूं चल पया तू बाख खेत जांदा दी खेत जांदा अंब थले बह जाने रोटी खा के फिर उठ के फिर उठ के जाने
मेरी गल तो सुन ल मेनू तो लगता है कोई ना टेंशन ना करो मैं दब दिनी ना ठीक हो जूगी दोबारे फिर दब दूंगी हाथ मेरी कोई ना भरजाई ज्यों दी रह तू देखा ना मैं तेनू कहया नहीं करता दी दुख सुख तो देख ला वे आपदी कम होंदे ने आपदी आंदे ने होर मु गवांडी थोड़ी आउंगे आ ओ दे लक्की मेरा करे छड़े टू दबना मैं नार दबण गया सौ कुछ सुनाया तेनू सही गल है जीत रहे हैं टूटा खुल रहा है की हाल ने दोस्तों अपनी कंग टीवी टीम वालों सारा प्यार भरी सत श्री अकाल उम्मीद करते हैं कि सारे ठीक होंगे जो हमने हमने पिछले वीडियो देखी है वीडियो थोड़ी किमें लगी लाइक से कमेंट करके जरूर दस्यो दोस्तों ये वीडियो वधिया लगता तो वो शेयर जरूर कर दिया करो एक इंस्टाग्राम से अपनी आई डी है कंग टीवी 001 उन्होंने भी जरूर फॉलो कर लो तो जेडे वीर अपन कमेंटा च मान बख्शते ने अपना वीर हरजिंदर भुलर बलबीर सिंह पाल सिंह पाल अमन गिल करनैल गरेवाल कुलदीप विरक सुखविंदर सिंह पाल खहरा कुलदीप ढिल्लो गुरजिंदर सिंह चीके वाले सरदार कुलदीप सिंह डॉक्टर बलजिंदर सिंह अतवाल विजय कुमारी पाली नारायण गुरसेव सिंह समराओ बलजीत सिंह हरजीत कलेर हरप्रीत कौर कुलदीप ढिल्लो निर्मल देला सेवक जवंदा कुलविंदर सिंह सोधी दुबई तो जसपाल एस इन्हां वीरां दा असीं बहुत बहुत धन्नवाद करते हैं जिहड़े वीर अपने लेट करते हैं कमेंट असीं उन्हां दा वी बहुत धन्नवाद करते हैं दोस्तों एक रिक्वेस्ट है कि जे तुहानूं वीडियो वधिया लगदी है तां वध तों वध शेयर जरूर कर दिया करो यार जे इस वीडियो का नैक्सट पार्ट चाहिए तां कमेंटां विच जरूर दस्सिओ एक अपना चैनल है दोस्तों फिल्मी महकमा उहदे विच आपां बिहाइंड सीन पाउंदे आं ते उहनूं वी जरूर जाके यूट्यूब ते सर्च मारो ते सबसक्राइब जरूर कर लो धन्नवाद जी।